अगर आप अपना एक्सपीरियंस दसीए तो ने शेयर करिए तो पहला जिमें मैं कटिंग चुंदा सीगा ए भी जिमें हिंदू परिवार तो बिलोंग करते हैं ये महाराज दी खेडा ने किनू किस वेले उन्होंने गल आना ਇਹ ਇੱਕ ਦਲਦਲ ਹੈ ਜਿਹੜੀ ਕਲਯੁੱਗ ਦੀ ਕਹਾਣੀ ਆਪਾਂ ਕਰੀਏ ਵੀ ਇਹ ਸਾਰੀ ਮਹਾਰਾਜ ਨੇ ਦੱਸੀ ਹੈ ਵੀ ਇਹਦੇ 'ਚੋਂ ਨਿਕਲਣਾ ਬਹੁਤ ਔਖਾ ਹੈ ਇਹ ਮਹਾਰਾਜ ਕਢਾਲਣ ਤਾਂ ਕੋਈ ਨਿਕਲ ਸਕਦਾ ਅਦਰਵਾਈਜ਼ ਨਹੀਂ ਬਾਰਿਸ਼ਾਂ ਅਤੇ ਹੜ੍ਹਦੇ ਪਾਣੀ ਨਾਲ ਡੇਂਗੂ ਦੇ ਫੈਲਾਅ ਨੂੰ ਰੋਕਣ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਸ਼ੇਸ਼ ਮੁਹਿੰਮ ਹਰ ਸ਼ੁੱਕਰਵਾਰ ਡੇਂਗੂ ਤਿਵਾਰ ਦੀ ਸ਼ੁਰੂਆਤ ਕੀਤੀ ਗਈ ਇਸ ਸੰਬੰਧੀ ਪੰਜਾਬ ਸਰਕਾਰ ਨੇ ਵਿਆਪਕ ਪੱਧਰ ਉੱਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਤੇ ਮਲੇਰੀਆ ਦੇ ਮੁਫਤ ਟੈਸਟ ਅਤੇ ਮੁਫਤ ਇਲਾਜ ਦੀ ਸਹੂਲਤ ਦਿੱਤੀ ਗਈ ਹੈ ਲਾਰਵਾ ਦੀ ਚੈਕਿੰਗ ਕਰਨ ਲਈ ਮੁਲਾਜ਼ਮਾਂ ਦੀ ਤੈਨਾਤੀ ਕਰਨ ਦੇ ਨਾਲ ਨਾਲ ਸ਼ਹਿਰ ਅਤੇ ਪਿੰਡਾਂ ਵਿੱਚ ਦਵਾਈ ਦੇ ਛਿੜਕਾਅ ਲਈ ਢੁਕਵੇਂ ਪ੍ਰਬੰਧਾਂ ਨੂੰ ਵੀ ਯਕੀਨੀ ਬਣਾਇਆ ਗਿਆ ਹੈ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਤਾਂ ਮਹਾਰਾਜ ਨੇ ਸਾਨੂੰ ਬਹੁਤ ਸੋਹਣਾ ਕੱਢਿਆ ਆਪਣੇ ਚਰਨੀ ਲਾਇਆ ਅਤੇ ਹਜ਼ੂਰ ਸਾਹਿਬ ਦੇ ਵਿੱਚ ਬੁਲਾ ਕੇ ਅੰਮ੍ਰਿਤ ਛਕਾਇਆ ਜਦਕਿ ਆਪਾਂ ਉੱਥੇ ਕਦੀ ਨਹੀਂ ਗਏ ਸੀ ਇੱਕ ਸੁਪਨਾ ਹੀ ਸੀ मेरे माता श्री मुझे बता देते थे गुरुद्वारे के बारे में गुरु ग्रंथ साहिब जी के बारे में बट ये नहीं पता था कि गुरु ग्रंथ साहिब जी में लिखा क्या है तो जब मैं इनसे मिली इन्होंने मुझे बहुत कुछ समझाया महाराजा रणजीत सिंह जी के बारे में बताया बाबा दीप सिंह जी के बारे में बताया बहुत कुछ बताया तब तो मुझे नॉलेज में आया कि अच्छा इतना कुछ है वाहेगुरु जी बीच बीच में पिताजी हमें याद दिलाते हैं कुछ ऐसी इंडिकेशन देते हैं कि याद कर लो बट हम उस दुनियावी में इतने भूले भटके होते हैं हमें नहीं पता लगता सत श्री अकाल जी तुसीं देख लुधियाना टाइम्स मैं हाँ प्रबलीन कौर अक्सर असीं अपने चैनल दे उत्ते बहुत सारे तुहानूं कपल्स मिलवाए होणगे जिन्हां दी की कहानियां सोशल मीडिया दे राहीं तुहाडे तक पहुँचिया भी होणगियां पर एक इहो जिहा जोड़ा तुहानूं मिलवाण जा रहे हैं जिन्हां दी कहानी सुन के तुसीं शायद हैरान भी होवोगे और तुहानूं बहुत जिहड़ी सिख्या भी मिलण वाली है बहुत प्यारा जोड़ा जिहड़ा साडे नाल मौजूद है जिन्हां दा तुसीं बाणा देख के सोचदे होवोगे कि तुसीं हमेशा अलग चीज़ां लै के आओ या ऑडियंस जिहड़ी है ना साडी हमेशा अलग चीज़ां दी डिमांड दे विच रखदी साडे नाल मौजूद ने ਬਵਪ੍ਰੀਤ ਸਿੰਘ ਜੀ ਅਤੇ ਅਨੁਰਾਧਾ ਚੌਧਰੀ ਜੀ ਜਿਨ੍ਹਾਂ ਦਾ ਕਿ ਪਹਿਲਾ ਨਾਮ ਇਹ ਸੀਗਾ ਹੁਣ ਆਪਣਾ ਨਾਮ ਆਪਣੇ ਆਪ ਹੀ ਆਪਣੇ ਮੂੰਹੋਂ ਆਪਣੀ ਜ਼ਬਾਨੀ ਦੱਸਣਗੇ ਕਿ ਇਹਨਾਂ ਨੇ ਬਾਣਾ ਕਿਵੇਂ ਇਹਨਾਂ ਨੂੰ ਅਕਾਲ ਪੁਰਖ ਨੇ ਬਖਸ਼ਿਆ ਕਿਉਂਕਿ ਬਹੁਤ ਅਪਾਰ ਕਿਰਪਾ ਜਿਹੜੀ ਹੈ ਮਹਾਰਾਜ ਦੀ ਹੋਈ ਹੈ ਇਹਨਾਂ ਦੇ ਉੱਤੇ ਅਤੇ ਬਹੁਤ ਸੋਹਣਾ ਬਾਣਾ ਜਿਹੜਾ ਤੁਸੀਂ ਦੇਖ ਸਕਦੇ ਹੋ ਸਿੱਖ ਜੋੜਾ ਜਿਹੜਾ ਜਦੋਂ ਸੋਸ਼ਲ ਮੀਡੀਆ 'ਤੇ ਆਉਂਦਾ ਨਾ ਇੱਕ ਅਲੱਗ ਹੀ ਇੰਪੈਕਟ ਆਉਂਦਾ ਇੱਕ ਅਲੱਗ ਹੀ ਜੋਸ਼ ਦੇਖ ਕੇ ਉਹਨਾਂ ਦੀ ਵੀਡੀਓਜ਼ ਦੇ ਵਿੱਚ ਆਉਂਦਾ ਅਤੇ ਗੱਲਬਾਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣੇ ਹੋਰ ਚੜ੍ਹਦੀ ਕਲਾ 'ਚੋਂ ਭੈਣ ਬਿਲਕੁਲ ਬਿਲਕੁਲ ਬਹੁਤ ਵਧੀਆ ਜੀ ਤੁਹਾਨੂੰ ਮਿਲ ਕੇ ਤਾਂ ਹੋਰ ਸਾਨੂੰ ਦਿਲ ਨੂੰ ਖੁਸ਼ੀ ਹੋਈ ਹੈ ਜੀ ਧੰਨਵਾਦ ਵਾਹਿਗੁਰੂ ਜੀ ਮਹਾਰਾਜ ਦੀ ਕਿਰਪਾ ਹਾਂਜੀ ਸਾਡੀ ਨਾ ਵੀਡੀਓਜ਼ ਦੇ ਵਿੱਚ ਹਮੇਸ਼ਾ ਅਸੀਂ ਕੋਈ ਨਾ ਕੋਈ ਇਹੋ ਜਿਹੇ ਜੋੜੇ ਨੂੰ ਮਿਲਵਾਇਆ ਜ਼ਰੂਰ ਹੈ ਜਿਨ੍ਹਾਂ ਦੀ ਕਹਾਣੀ ਸੋਸ਼ਲ ਮੀਡੀਆ ਦੇ ਰਾਹੀਂ ਲੋਕਾਂ ਨੂੰ ਹਮੇਸ਼ਾ ਦਿਲ ਨੂੰ ਉਹਨਾਂ ਦੇ ਪਹੁੰਚਦੀ ਹੈ ਪਰ ਮੈਨੂੰ ਲੱਗਦਾ ਕਿ ਅੱਜ ਦੀ ਜਿਹੜੀ ਕਹਾਣੀ ਹੋਣ ਵਾਲੀ ਹੈ ਨਾ ਉਹ ਲੋਕਾਂ ਨੂੰ ਕਿਸੇ ਅਲੱਗ ਲੈਵਲ ਤੱਕ ਲੈ ਕੇ ਜਾਣ ਵਾਲੀ ਹੈ ਇਹ ਸ਼ਾਇਦ ਆਡੀਅੰਸ ਦੇਖੇਗੀ ਕਿਉਂਕਿ ਇੰਨਾ ਸੋਹਣਾ ਬਾਣਾ ਇੰਨੀ ਨਿਮਰਤਾ ਔਰ ਮੈਨੂੰ ਨਹੀਂ ਲੱਗਦਾ ਸੀ ਅੱਜ ਤੱਕ ਕਦੀ ਇੰਨਾ ਕਿਸੇ ਨੂੰ ਤਾਂ ਮਿਲੇ ਹੋਵਾਂਗੇ ਜੀ ਵਾਹਿਗੁਰੂ ਜੀ ਇਹ ਤਾਂ ਮਹਾਰਾਜ ਦੀ ਕਿਰਪਾ ਹੈ ਉਹ ਜਿੱਦਾਂ ਹੈ ਨਾ ਕਿਸੇ ਨੂੰ ਰੱਖਦੇ ਆ ਉੱਦਾਂ ਆਪਾਂ ਉਹਨਾਂ ਦਾ ਸਿਰਫ ਸ਼ੁਕਰਾਨਾ ਹੀ ਕਰਦੇ ਹਾਂ ਕਿ ਚਲੋ ਸੰਗਤ ਇੰਨਾ ਪਿਆਰ ਬਖਸ਼ ਰਹੀ ਹੈ ਅਤੇ ਇਹ ਸਾਰਾ ਸੰਗਤ ਦਾ ਅਤੇ ਮਹਾਰਾਜ ਦਾ ਪਿਆਰ ਹੈ ਜੀ ਸਾਡੇ ਹੱਥ ਵੱਸ ਕੁਛ ਨਹੀਂ ਹੈ ਆਪਾਂ ਉਸਦੇ ਕੂਕਰ ਹਾਂ ਜਿੱਦਾਂ ਉਹ ਕਰਾ ਲਵੇ ਕਿਰਪਾ ਹੋਈ ਕਿਵੇਂ ਮੈਂ ਤੁਹਾਨੂੰ ਪਹਿਲਾਂ ਤਾਂ ਮੈਂ ਆਡੀਅੰਸ ਨੂੰ ਕਹੂੰਗੀ ਤੁਸੀਂ ਇਹਨਾਂ ਦਾ ਨਾਮ ਸੁਣੋ ਕੀ ਸਰ ਤੁਸੀਂ ਹੁਣ ਜਦੋਂ ਤੁਹਾਨੂੰ ਬਾਬਾ ਜੀ ਦੀ ਕਿਰਪਾ ਮਿਲੀ ਕੀ ਨਾਮ ਕੀ ਮਿਲਿਆ ਤੁਹਾਨੂੰ ਜੀ ਵਾਹਿਗੁਰੂ ਜੀ ਮਹਾਰਾਜ ਨੇ ਕਿਰਪਾ ਕਰਕੇ ਉਹ ਨਾਮ ਬਖਸ਼ਿਆ ਜਿਹੜਾ ਪਹਿਲਾਂ ਹੀ ਮੇਰੇ ਦਿਲ ਦੇ ਬਹੁਤ ਕਰੀਬ ਸੀਗਾ ਮਹਾਕਾਲ ਸਿੰਘ ਖਾਲਸਾ ਜਿਹੜਾ ਇਤਿਹਾਸ ਦੇ ਵਿੱਚ ਵੀ ਆਪਾਂ ਨੂੰ ਕਈ ਜਗ੍ਹਾ ਪੜ੍ਹਨ 'ਤੇ ਮਿਲਦਾ ਅਤੇ ਜਿਵੇਂ ਕਹਿੰਦੇ ਨਾ ਮੈਂ ਇਸ ਨਾਮ ਨਾਲ ਬਹੁਤ ਅਟਰੈਕਟਿਡ ਸੀਗਾ ਅਤੇ ਅਰਦਾਸ ਹੀ ਸੀ ਮਹਾਰਾਜ ਦੇ ਅੱਗੇ ਜਦੋਂ ਮੈਂ ਅੰਮ੍ਰਿਤ ਛਕਣਾ ਸੀਗਾ ਕਿ ਮਹਾਰਾਜ ਇਹ ਨਾਮ ਬਖਸ਼ਿਓ ਅਤੇ ਮਹਾਰਾਜ ਨੇ ਬਖਸ਼ਿਆ ਹੈ ਅਤੇ ਮੈਂ ਇਸ ਨਾਮ ਨਾਲ ਨਾ ਬਹੁਤ ਮਤਲਬ ਕਹਿੰਦੇ ਜਦੋਂ ਵੀ ਕੋਈ ਮੈਨੂੰ ਮਹਾਕਾਲ ਸਿੰਘ ਤੋਂ ਬੁਲਾਉਂਦਾ ਤਾਂ ਮੈਨੂੰ ਮਹਾਰਾਜ ਦੀ ਯਾਦ ਆਉਂਦੀ ਵੀ ਕਿੱਦਾਂ ਮਹਾਰਾਜ ਨੇ ਬਖਸ਼ਿਆ ਸੀਗਾ ਜੀ ਅਤੇ ਇਹਨਾਂ ਦਾ ਨਾਮ ਮਿਲਿਆ ਸੀ ਸਤਬੀਰ ਕੌਰ ਖਾਲਸਾ ਜੀ ਕੁੱਕਰ ਦਾ ਨਾਮ ਬਖਸ਼ਿਆ ਪਿਤਾ ਜੀ ਨੇ ਸਤਬੀਰ ਕੌਰ ਖਾਲਸਾ ਵਾਹਿਗੁਰੂ ਜੀ ਪਹਿਲਾਂ ਅਨੁਰਾਧਾ ਚੌਧਰੀ ਅਨੁਰਾਧਾ ਚੌਧਰੀ ਦਾ ਵਾਹਿਗੁਰੂ ਕਿਰਪਾ ਕਿਵੇਂ ਹੋਈ ਕਿਉਂਕਿ ਕਈ ਲੋਕ ਅੱਜ ਆਪਾਂ ਦੇਖੀਏ ਯੂਥ ਦੇ ਮਨਾਂ ਦੇ ਵਿੱਚ ਨਾ ਹਮੇਸ਼ਾ ਸੋਸ਼ਲ ਮੀਡੀਆ ਨੇ ਇੰਨਾ ਇੰਪੈਕਟ ਪਾਇਆ ਹੋਇਆ ਹੈ ਲੋਕ ਕੇਸਾਂ ਦੀ ਰੱਖਿਆ ਨਹੀਂ ਕਰ ਪਾਉਂਦੇ ਗੁਰੂ ਗੋਬਿੰਦ ਸਿੰਘ ਜੀ ਦੇ ਜਿਵੇਂ ਆਪਾਂ ਦੇਖਿਆ ਜਾਵੇ ਕਿ ਉਹਨਾਂ ਨੇ ਕਿਹਾ ਕਿ ਪੰਜ ਕਕਾਰ ਆਪਣੇ ਕੋਲ ਰੱਖਣੇ ਜ਼ਰੂਰੀ ਨੇ ਸਿੱਖ ਇਤਿਹਾਸ ਦੇ ਵਿੱਚ ਜਿਵੇਂ ਆਪਾਂ ਸੁਣਦੇ ਆਏ ਹਾਂ ਪਰ ਅੱਜ ਕੱਲ੍ਹ ਤਾਂ ਨੌਜਵਾਨ ਜਿਹੜੇ ਨੇ ਪੱਗਾਂ ਬੰਨਦੇ ਨੌਜਵਾਨ ਵੀ ਆਪਣੇ ਕੇਸ ਕਟਾ ਦਿੰਦੇ ਨੇ ਅਤੇ ਤੁਸੀਂ ਇੱਕਦਮ ਟ੍ਰਾਂਸਫੋਰਮੇਸ਼ਨ ਕਿਵੇਂ ਹੋਈ ਤੁਹਾਡੀ ਜੀ ਵਾਹਿਗੁਰੂ ਜੀ ਦੇਖੋ ਇਹਦੇ ਪਿੱਛੇ ਇੱਦਾਂ ਹੀ ਹੈ ਕਿ ਅਗਰ ਆਪਾਂ ਆਪਣਾ ਐਕਸਪੀਰੀਅੰਸ ਦੱਸੀਏ ਤੁਹਾਡੇ ਨਾਲ ਸ਼ੇਅਰ ਕਰੀਏ ਤਾਂ ਪਹਿਲਾਂ ਜਿਵੇਂ ਮੈਂ ਕਟਿੰਗ 'ਚ ਹੁੰਦਾ ਸੀਗਾ ਇਹ ਵੀ ਜਿਵੇਂ ਹਿੰਦੂ ਪਰਿਵਾਰ ਤੋਂ ਬਿਲੋਂਗ ਕਰਦੇ ਨੇ ਇਹ ਮਹਾਰਾਜ ਦੀਆਂ ਖੇਡਾਂ ਨੇ ਕਿਹਨੂੰ ਕਿਸ ਵੇਲੇ ਉਹਨਾਂ ਨੇ ਗੱਲ ਲਾਉਣਾ
अगर महाराज दी साढ़े उत्ते कह लो तरस ना करते नज़र ना पैंदी तो अपने वास सच कुछ भी नहीं तो साडा भी जीवन जिवें अज आपां यूथ की गल कर रहे हैं तो साडा भी सारा उन्हां चों ही मतलब निकल के आए हैं तो अज साडी कोशिश यह होंदी है कि सानू कोई सानू अगर मान लो कोई नॉन च मिलता है या वैसे कोई बाहर मिलता है साडे नाल अगर गल करदा है विचार करदा है तो आप उन्हें जरूर दसते हैं भी आप इस रस्ते चो जो आए हैं अज सानू नज़र आता है भी आप कितने फस गए सी यह एक दलदल है जिहड़ी कलयुग की कहानी आप करिए भी यह सारी महाराज ने दसी है भी ये निकलना बहुत औखा है यह महाराज कढ़ालन तक कोई निकल सकता है अदरवाइज नहीं हूँ चक्कर है कि जो आप यूथ नाल देखो सही तरह उन्होंने गाइड कोई करेगा ता वो इस रस्ते ते आने लई चल भी पैंदे ने अगर उन्होंने कोई सही गाइडेंस नहीं मिलती तो वह भटक जाते हैं कोई अजकल बच्चे नशियां च पै गए कोई किस राह पै गए है ना तो अज जो आप कई तो देखो मिलते हैं तो अपना दुख दसते हैं तो सानू भी बहुत फील होंगे पर फिर महाराज अगे यही अरदास करी दी है तो बहुत बच्चे इस राह पर तुर पे ने सब तो वड्डी गल है भैने कि जिवें मान लो कोई नहीं किसी के मन च जिवें साडे नहीं सीगा भी आपां बाणा पावांगे असीं अमृत छकांगे महाराज एड्डी कृपा करनगे साडे इंस्टाग्राम ते जिहड़े संगत जुड़ी हुई है बहुत साडे तो छोटे ते कुछ वड्डे भैण भरा अमृत छक के सज गए ने हाँ जी कोई भैणा सज गई भरा सज गए ने तो सानू बड़ी खुशी होंदी है कि महाराज ने शायद साढ़े तो यही प्रचार की सेवा ही लैनी सी तो यह आप उन्हों का शुक्रिया अदा करते हैं क्योंकि आप कदी नहीं सोचा सी कि हुण जिवें तुसी इंटरव्यू लैन आए हो तो साढ़े तो कभी सपने च भी नहीं सी कि आप भी प्रचार कर पावांगे यह तो सारी महाराज की जिवें कहिंदे कृपा ही है वाहिगुरू जी भवप्रीत सिंह जिहड़े ने सिख परिवार तो भैण होनी जिहड़े ने हिंदू परिवार तो सी पर अज तुसी देख के कह नहीं सकते कि इन्हां दे विच सिक्खी दी कह लो एक कह लो शुरू तो ही जिवें हुंदा ना बचपन दे विच आपां सुणदे आं कहानियां सिख इतिहास दीआं सुणियां तुसी भी कुछ सुणियां सीगियां सिख इतिहास बारे हाँ जी वाहिगुरू जी थोड़ा बहुता जैसे मेरे माता श्री मुझे बता देते थे गुरुद्वारे के बारे में गुरु ग्रंथ साहिब जी के बारे में बट ये नहीं पता था कि गुरु ग्रंथ साहिब जी में लिखा क्या है गुरु साहिब जी क्या क्या रहे हैं बाकी जब मेरी शादी हुई जब पिताजी ने खेल ऐसा रचता है ना वाहिगुरु जी कहाँ हरियाणा कहाँ पंजाब तो जब मैं इनसे मिली इन्होंने मुझे बहुत कुछ समझाया महाराजा रणजीत सिंह जी के बारे में बताया बाबा दीप सिंह जी के बारे में बताया बहुत कुछ बताया तब मुझे नॉलेज में आया कि अच्छा इतना कुछ है वाहिगुरु जी है ना तो फिर मैं इनकी तरफ देखती थी मैं सोचती थी कि वाहिगुरु जी कि आप जी ने कब सजना है मुझे ऐसा होता था कि मैं ये सच है वाहिगुरु जी जब शादी करके जब मैं आई पंजाब तो मेरे को ये होता था कि हाँ मैं गुरु की नगरी में जा रही हूँ कि मेरे को गुरु के बहुत प्यारे मिले इतिहास है पंजाब दा सत बचन वाहिगुरु जी सत बचन वाहिगुरु जी तो जब मैंने सोचा कि मेरे को बहुत गुरु के प्यारे मिलेंगे मैं दर्शन करूँगी फिर मैं ना इनकी तरफ देखती थी मैं सोचती थी मैंने कहा मेरे घर पे ही नहीं है ना तो हम ये देखो वाहिगुरु जी ये ना सारा खेल है एक अकाल पुरख जी की मर्जी है कि किसको चूज़ करना है उन्होंने और किसको मत दे देनी है जब पिताजी मत देते हैं ना तब ये चीज़ें समझ आती हैं इससे पहले सच बात यही है कि साढ़े को मत ही नहीं थी वाहिगुरु जी तभी हमें लगता हमें ना फिर सारी चीज़ें ही सही लगती थी ये भी सही है तो क्या हो गया पिताजी की है ये भी सही है बट नहीं जब पिताजी मत देते हैं ना जब वो सारी चीज़ें पर्दा हटाते हैं दुनियावी पर्दा जब हटाते हैं तब असली चीज़ असली खेल समझ आती है कि ये है हम यहाँ करने क्या आए हैं वो समझ आ जाती है किसी नाम जपने आए हैं वाहिगुरु जी अपने गुरु के साथ जुड़ने आए हैं हमारे गुरु हमें फिर हमारी मदद करेंगे हमारे अकाल पुरख जी तक पहुँचाने की तो ये हम भूल जाते हैं फिर बट बीच बीच में पिताजी हमें याद दिलाते हैं कुछ ऐसी इंडिकेशन देते हैं कि याद कर लो बट हम उस दुनियावी में इतने भूले भटके होते हैं हमें नहीं पता लगता एहसास नहीं होता कि हमारे ऊपर क्या चल क्या सत वचन वाहिगुरु जी सत वचन ये देखो ये यही है कि वो उसकी मर्जी है उसका खेल है उसकी दुनिया है वो जिसको चाहे उसको चूज कर लेता है वाहिगुरु जी ये साढ़े बस की नहीं है वाहिगुरु जी आप तो कुकर ही है वाहिगुरु जी फिर इस सिंगनी ने सिंगनू क्या कि तुसी मैं अपने घर दे विच कदों देखूं जी वाहिगुरु जी बिल्कुल इदा होया सी कई वारी ना जदों आपां अमृत छकिया तां जिवें कोई मान लो रिलेटिव्स च या कोई भी सानूं मिलदा सी तां उहनां नूं इंज लगदा सी कि मैं इहनां नूं क्या होएगा क्योंकि मैं सिख परिवार तों बिलोंग करदा सी पर जदों मैं उहनां नूं बड़े हैरान हुंदे सी जदों मैं दस्सिया वी इह किद्दां हो सकदा क्योंकि देखो महाराज ने किहदे अंदर प्यार जगा लैणा है उह आपां नूं नहीं पता हुण जिवें
ਤੁਹਾਨੂੰ ਵਾਹਿਗੁਰੂ ਜੀ ਕਰਨਾਟਕਾ ਸਾਈਡ ਸਾਊਥ ਸਾਈਡ ਬੈਂਗਲੌਰ ਬੰਬੇ ਹੈ ਨਾ ਵੀ ਦੇਖੋ ਹੈਦਰਾਬਾਦ ਕੱਲ੍ਹ ਸਿੰਘ ਸਾਹਿਬ ਦਾ ਫੋਨ ਆਇਆ ਉਹ ਕਈ ਉਹਨਾਂ 'ਚ ਹਿੰਦੂ ਪਰਿਵਾਰ ਦੇ ਵੀ ਨੇ ਅਤੇ ਕੁਛ ਸਿੱਖ ਪਰਿਵਾਰ ਦੇ ਵੀ ਸੀਗੇ ਜਿਨ੍ਹਾਂ ਨੇ ਕੇਸ ਕਤਲ ਕੀਤੇ ਹੋਏ ਸੀ ਹੁਣ ਉਹ ਸਾਡੇ ਨਾਲ ਜਦੋਂ ਕੰਟੈਕਟ ਕਰ ਰਹੇ ਉਹ ਦੱਸ ਰਹੇ ਆ ਮਹਾਰਾਜ ਨਾਲ ਪਿਆਰ ਪੈ ਗਿਆ ਉਹਨਾਂ ਦਾ ਤਾਂ ਇਹ ਦੇਖਣ ਵਾਲੀ ਗੱਲ ਹੈ ਵਾਹਿਗੁਰੂ ਜੀ ਕਿ ਮਹਾਰਾਜ ਨੇ ਜਦੋਂ 96 ਕਰੋੜ ਖਾਲਸਾ ਸਜਾਉਣਾ ਹੈ ਠੀਕ ਹੈ ਉਹ ਕੋਈ ਪਤਾ ਨਹੀਂ ਕਿੱਥੋਂ ਦਸਮ ਗ੍ਰੰਥ ਦੇ ਵਿੱਚ ਲਿਖਿਆ ਇਹ ਤਾਂ ਗੁਰੂ ਦੀ ਬਾਣੀ ਹੈ ਜੋ ਸੱਚ ਸੱਤ ਹੋਣੀ ਹੋਣੀ ਹੈ ਮਹਾਰਾਜ ਦੇ ਹਰ ਬਚਨ ਸੱਤ ਹੀ ਸੱਤ ਨੇ ਅਤੇ ਮਹਾਰਾਜ ਨੇ ਜਿੱਦਾਂ ਦੱਸਿਆ ਸੀ ਤਾਂ ਅੱਜ ਸਾਨੂੰ ਉਹ ਚੀਜ਼ ਫੀਲ ਹੋ ਰਹੀ ਹੈ ਵੀ ਦੇਖੋ ਕਿਹੜੇ ਕਿਹੜੇ ਐਸੇ ਇਲਾਕੇ ਨੇ ਜਿੱਥੇ ਇੰਨਾ ਪ੍ਰਚਾਰ ਵੀ ਨਹੀਂ ਹੈ ਆਪਾਂ ਕਈ ਵਾਰੀ ਇਹ ਕਹਿ ਦਿੰਦੇ ਹਾਂ ਕਿ ਪ੍ਰਚਾਰ ਦਾ ਅਸਰ ਹੋਏਗਾ ਹੁਣ ਜਿਵੇਂ ਇਹਨਾਂ ਤੱਕ ਪ੍ਰਚਾਰ ਤਾਂ ਨਹੀਂ ਪਹੁੰਚਿਆ ਸੀਗਾ ਬਸ ਜਿੱਦਾਂ ਹੀ ਇਹ ਪੰਜਾਬ ਦੀ ਧਰਤੀ ਕਹਿੰਦੇ ਨਾ ਪੰਜਾਬ ਦੀ ਧਰਤੀ ਦਾ ਪਾਣੀ ਪੀਤਾ ਤਾਂ ਇਹਨਾਂ ਨੂੰ ਫੀਲ ਹੋਇਆ ਕਿ ਆਪਾਂ ਚੱਲਦੇ ਹਾਂ ਇੱਕ ਵਾਰੀ ਬਾਕੀ ਮਹਾਰਾਜ ਕਿਰਪਾ ਕਰਨਗੇ ਆਪਾਂ ਆਪਣੇ ਵੱਲੋਂ ਇੱਕ ਕੋਸ਼ਿਸ਼ ਜ਼ਰੂਰ ਕਰੀਏ ਉਹ ਕੋਸ਼ਿਸ਼ ਮਹਾਰਾਜ ਕਿੱਥੇ ਤੱਕ ਲੈ ਗਏ ਉਹ ਦੇਖ ਉਹ ਚੀਜ਼ ਵਾਹਿਗੁਰੂ ਜੀ ਮੈਂ ਇਹ ਕੁੱਕਰ ਬੋਲਣਾ ਚਾਹੇਗਾ ਜਬ ਮੇਰੀ ਮਾਤਾ ਸ਼੍ਰੀ ਮੁਝੇ ਉਸ ਟਾਈਮ ਪੇ ਬਤਾਤੇ ਥੇ ਬਟ ਨਾ ਮੈਨੇ ਜ਼ਿਆਦਾ ਗੌਰ ਨਹੀਂ ਕਹਿਤੇ ਨਾ ਬੱਚਾ ਜ਼ਿਆਦਾ ਧਿਆਨ ਨਹੀਂ ਦੇਤਾ ਆਜ ਵੋ ਚੀਜ਼ੇ ਮੁਝੇ ਯਾਦ ਆਤੀ ਹੈ ਮੇਰੀ ਮਾਤਾ ਸ਼੍ਰੀ ਮੁਝੇ ਬਤਾਤੇ ਵੀ ਥੇ ਕਿ ਅਗਰ ਆਜ ਹਮ ਸਭ ਜਿੰਦਾ ਹੈ ਨਾ ਤੋ ਗੁਰੂ ਤੇਗ ਬਹਾਦਰ ਜੀ ਕੀ ਵਜ੍ਹਾ ਸੇ ਸਾਡੇ ਹਾਲਤਾਂ ਹੋਈਆਂ ਤਾਂ ਹਿੰਦੂ ਧਰਮ ਬਚਿਆ ਸਤ ਬਚਨ ਵਾਹਿਗੁਰੂ ਜੀ ਤੋ ਇਤਨੀ ਖੁਸ਼ੀ ਹੋਤੀ ਹੈ ਕਿ ਦਾਦਾ ਜੀ ਨੇ ਚੂਜ਼ ਕੀਤਾ ਹੈ ਨਾ ਵਾਹਿਗੁਰੂ ਜੀ ਕਿ ਪਿਤਾ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਚੂਜ਼ ਕੀਤਾ ਤੋ ਇਸੇ ਬੜੀ ਚੀਜ਼ ਤੋਂ ਹੈ ਹੀ ਨਹੀਂ ਵਾਹਿਗੁਰੂ ਜੀ ਇਹੀ ਹੈ ਕਿ ਉਨਕੇ ਕਾਮ ਆਉਣੇ ਚਾਹੀਏ ਇਹ ਸਰੀਰ ਉਨਕੇ ਕਾਮ ਆਉਣਾ ਚਾਹੀਏ ਉਹਨੇ ਜੋ ਕੰਮ ਕਰਾਉਣਾ ਇਨ ਕੁੱਕਰ ਅਸੀਂ ਕਰਾਈ ਚਲੇ ਵਾਹਿਗੁਰੂ ਜੀ ਉਹ ਕੁਰਬਾਨੀਆਂ ਸ਼ਾਇਦ ਹੁਣ ਮੁੱਲ ਮੋੜਨੀਆਂ ਸ਼ੁਰੂ ਹੋਣਗੀਆਂ ਤੁਹਾਡੇ ਤੋਂ ਲੋਕ ਜਿਹੜੇ ਨੇ ਪ੍ਰੇਰਿਤ ਹੋਣਗੇ ਤੁਸੀਂ ਜਿਵੇਂ ਦੱਸਿਆ ਤੁਹਾਡੇ ਸੋਸ਼ਲ ਮੀਡੀਆ ਦੇ ਸੰਗਤ ਜਿਹੜੀ ਉਹਨਾਂ ਦੇ ਵਿੱਚੋਂ ਸਿੰਘ ਵੀ ਸੱਜੇ ਸਿੰਘਣੀਆਂ ਸੱਜੀਆਂ ਸ਼ਾਇਦ ਇੱਕ ਨੂੰ ਤੁਸੀਂ ਅਗਰ ਸਹੀ ਰਾਹ ਤੇ ਪਾ ਦਿਓ ਤਾਂ ਹਜ਼ਾਰ ਅੱਗੇ ਬਣਦੇ ਜਾਣਗੇ ਸਤ ਬਚਨ ਵਾਹਿਗੁਰੂ ਜੀ ਐਸਾ ਬੂਟਾ ਹੈ ਭੈਣੇ ਕਿ ਜਿਵੇਂ ਮਹਾਰਾਜ ਨੇ ਸਿਖਾਇਆ ਤੇ ਉਹਨਾਂ ਤੋਂ ਸਿੱਖ ਹੀ ਆਪਾਂ ਚੱਲਣਾ ਜਿਵੇਂ ਕੋਈ ਮੰਨ ਲਓ ਅਗਰ ਇੱਕ ਬੱਚਾ ਸਹੀ ਰਾਹ ਤੁਰਦਾ ਤੇ ਉਹਦੀ ਜਿਹੜੀ ਸੰਗਤੀ ਅਗਰ ਉਹਨਾਂ 'ਚ ਕੋਈ ਗਲਤ ਨੇ ਤਾਂ ਹੋ ਸਕਦਾ ਇੱਦਾਂ ਹੀ ਚੇਨ ਬਣਦੀ ਜਾਂਦੀ ਹੈ ਹੁਣ ਆਪਾਂ ਜਦੋਂ ਇਸ ਰਾਹ 'ਤੇ ਚੱਲੇ ਸੀਗੇ ਤੇ ਸਾਨੂੰ ਵੀ ਕਿਸੇ ਦੀ ਬਾਂਹ ਫੜਨੀ ਪਈ ਸੀ ਆਪਾਂ ਵੀ ਕਿਸੇ ਕੋਲੋਂ ਬਹਿ ਕੇ ਸਿੱਖਿਆ ਲਈ ਹੈ ਉਹ ਖਾਲਸੇ ਕੋਲ ਲਈ ਹੈ ਨਿਹੰਗ ਸਿੰਘਾਂ ਕੋਲ ਲਈ ਹੈ ਆਪਾਂ ਛੋਣੀਆਂ 'ਚ ਜਾਂਦੇ ਸੀ ਨਿਹੰਗ ਸਿੰਘਾਂ ਕੋਲ ਕੁਛ ਐਡੀ ਦੂਰ ਦੂਰ ਬੈਠੇ ਤਾਂ ਸਪੈਸ਼ਲ ਉਹਨਾਂ ਦੇ ਦਰਸ਼ਨ ਕਰਨ ਜਾਂਦੇ ਸੀ ਉਹਨਾਂ ਦਾ ਰੂਪ ਦੇਖ ਕੇ ਨਾ ਇੱਕ ਆਪਾਂ ਨੂੰ ਹੁੰਦਾ ਸੀ ਕਿ ਮਹਾਰਾਜ ਸਾਨੂੰ ਵੀ ਇਹ ਰੂਪ ਤੁਸੀਂ ਪਲੀਜ਼ ਬਖਸ਼ ਦਿਓ ਜੇ ਸਾਡੇ ਤੋਂ ਕੋਈ ਗਲਤੀਆਂ ਹੋਈਆਂ ਉਹ ਮਾਫ਼ ਕਰ ਦਿਓ ਅਤੇ ਅੱਗੋਂ ਤੁਹਾਡੇ ਕਹੇ 'ਤੇ ਚੱਲਾਂਗੇ ਕਿਉਂਕਿ ਉਹ ਬੜਾ ਪਿਆਰ ਕਰਦੇ ਆਪਣੇ ਬੱਚਿਆਂ ਨੂੰ ਮੈਂ ਤਾਂ ਸਾਰੇ ਹੀ ਆਪਣੇ ਭੈਣ ਭਰਾਵਾਂ ਨੂੰ ਇਹੀ ਬੇਨਤੀ ਕਰਨਾ ਚਾਹੂੰਗਾ ਹੱਥ ਜੋੜ ਕੇ ਕਿ ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਕਿ ਮਹਾਰਾਜ ਦਾ ਜਦੋਂ ਹੁਕਮ ਆਇਆ ਉਦੋਂ ਹੋਏਗਾ ਦੇਖੋ ਇਸ ਗੱਲ ਦਾ ਹੁਕਮ ਤਾਂ ਮਹਾਰਾਜ ਨੇ ਅਨੰਦਪੁਰ ਸਾਹਿਬ ਤੋਂ ਦੇਤਾ ਸੀ ਖਾਲਸਾ ਸਜਾਉਣ ਦਾ ਇਹਦੀ ਉਡੀਕ ਨਾ ਕਰੀਏ ਬਾਕੀ ਠੀਕ ਹੈ ਆਪਾਂ ਦੇਖੋ ਇਹ ਤਾਂ ਨਹੀਂ ਕਦੀ ਕਹਿੰਦੇ ਕਿ ਰੋਟੀ ਮਹਾਰਾਜ ਦੇਣਗੇ ਅਤੇ ਖਾਵਾਂਗੇ ਮਤਲਬ ਮਹਾਰਾਜ ਨੇ ਸਾਨੂੰ ਬਖਸ਼ੀ ਹੋਈ ਹੈ ਰੋਜ਼ ਦੇ ਰੋਜ਼ ਆਪਾਂ ਖਾ ਰਹੇ ਹਾਂ ਤਾਂ ਆਪਾਂ ਉਹ ਇਹ ਤਾਂ ਨਹੀਂ ਹੁੰਦਾ ਕਿ ਉਹਨੂੰ ਮਿਸ ਕਰ ਜਾਈਏ ਵੀ ਨਹੀਂ ਅੱਜ ਨਹੀਂ ਮੈਂ ਖਾਣੀ ਹੈ ਨਾ ਦੇਖੋ ਸਾਰਾ ਕੁਛ ਠੀਕ ਹੈ ਪਰ ਇਹ ਜਿਹੜਾ ਖਾਲਸਾ ਸਜਾਉਣ ਦਾ ਮਹਾਰਾਜ ਨੇ ਹੁਕਮ ਸੀਗਾ ਉਹ ਤਾਂ ਦਿੱਤਾ ਹੋਇਆ ਸਾਨੂੰ ਇਹ ਇੱਕ ਕਦਮ ਆਪਾਂ ਚੱਲਣਾ ਹੈ ਤਾਂ ਮਹਾਰਾਜ ਸਾਨੂੰ 10 ਕਦਮ ਚੱਲ ਕੇ ਗੱਲ ਜ਼ਰੂਰ ਲਾਉਣਗੇ ਅਮਲ ਕਰਨਾ ਸਾਡੇ ਆਪਣੇ ਅੰਦਰ ਹੈ ਦੇਖੋ ਆਪਾਂ ਕਹਿੰਦੇ ਨਾ ਅੱਜ ਦਾ ਸਮਾਂ ਐਸਾ ਚੱਲ ਰਿਹਾ ਕਿ ਲੋਕਾਂ ਦੇ ਅੰਦਰ ਸ਼ੌਂਕ ਬਹੁਤ ਨੇ ਤਾਂ ਉਹ ਸ਼ੌਂਕ ਪੂਰੇ ਕਰਨ ਲਈ ਵੀ ਤਾਂ ਆਪਾਂ ਜੱਦੋਜਹਿਦ ਕਰਦੇ ਹਾਂ ਤਾਂ ਤੁਹਾਡੇ ਵਿੱਚ ਵੀ ਸੀ ਅਸੀਂ ਤੁਹਾਡੀ ਤਸਵੀਰਾਂ ਦੇਖੀਆਂ ਜੋ ਇੱਕ ਯੂਥ ਇੱਕ ਨੌਜਵਾਨ ਜਿਹੜਾ ਇਸ ਸੋਸ਼ਲ ਮੀਡੀਆ ਦੇ ਯੁੱਗ ਦੇ ਵਿੱਚ ਬਦਲਾਵ ਹੁਣ ਤੁਹਾਡੇ ਵਿੱਚ ਆਇਆ ਮੈਨੂੰ ਲੱਗਦਾ ਬਹੁਤ ਸਾਰੇ ਨੌਜਵਾਨ ਵੀ ਹਾਂਜੀ ਭੈਣੇ ਆਪਾਂ ਖੁਦ ਦੇਖ ਰਹੇ ਹਾਂ ਕਿ ਪਹਿਲਾਂ ਜਿਵੇਂ ਦੇਖੋ ਸਾਡੀ ਇੱਕ ਜਿਹੜੀ ਆਪਣੇ ਆਸ ਪਾਸ ਦੀ ਇੱਕ ਛੋਟੀ ਜਿਹੀ ਜਿਹੜੀ ਜ਼ਿੰਦਗੀ ਹੈ ਉਹਦੇ 'ਚ ਆਪਾਂ ਬਹੁਤਾ ਨਹੀਂ ਦੇਖਿਆ ਪਰ ਜਦੋਂ ਆਪਾਂ ਸੋਸ਼ਲ ਮੀਡੀਆ 'ਤੇ ਆ ਜਾਂਦੇ ਹਾਂ ਜਾਂ ਜਦੋਂ ਆਪਾਂ ਸੰਗਤ ਨਾਲ ਵਿਚਰਨਾ ਸ਼ੁਰੂ ਕਰਦੇ ਹਾਂ ਤੁਸੀਂ ਮਤਲਬ ਕਦੀ ਕਿਸੇ ਦਿਨ ਬੈਠਾਂਗੇ ਤਾਂ ਤੁਹਾਨੂੰ ਦਿਖਾਊਂਗਾ ਤੁਸੀਂ ਵੀ ਹੈਰਾਨ ਹੋ ਜਾਓਗੇ ਭੈਣ ਕਿ ਸੰਗਤ ਦੇ ਅੰਦਰ ਬਹੁਤ ਕਹਿੰਦੇ ਨਾ ਕਿਤੇ ਕੋਈ ਨਾ ਕੋਈ ਜਿਵੇਂ ਅਕਾਲ ਦੀ ਜਗ੍ਹਾ ਜਿੱਥੇ ਆਪਾਂ ਰਹਿ ਰਹੇ ਹਾਂ ਤਾਂ ਉਹ ਦੂਤ ਸਾਨੂੰ ਘੇਰੀ ਰੱਖਦੇ ਆ ਮਹਾਰਾਜ ਨੇ ਸਮਝਾਇਆ ਤਾਂ ਇੱਕ ਗਾਈਡੈਂਸ ਇੱਕ ਸਾਹਮਣੇ ਕੋਈ ਭਰਾ ਭੈਣ ਆ ਕੇ ਸਮਝਾਉਣ ਵਾਲਾ ਹੋ ਜੇ ਤਾਂ ਤੁਰ ਪੈਂਦੇ ਆ ਅਤੇ ਆਪਾਂ ਦੇਖੇ ਬੜੇ ਬੱਚੇ ਮਤਲਬ ਤੁਸੀਂ ਲਾ ਲਓ ਛੋਟੀ ਉਮਰੇ ਹੈ ਉਹਨਾਂ ਦਾ ਐਡਾ ਗਿਆਨ ਹੈ ਉਹਨਾਂ ਦੇ ਅੰਦਰ ਮਹਾਰਾਜ ਦਾ ਬਖਸ਼ਿਆ ਹੋਇਆ ਕਈ ਵਾਰੀ ਆਪਾਂ ਉਹਨਾਂ ਕੋਲ ਬੈਠ ਕੇ ਵੀ ਸਿੱਖਿਆ ਗਿਆਨ ਜਿੱਥੋਂ ਮਿਲੇ ਲੈਣਾ ਚਾਹੀਦਾ ਜੀ ਅਤੇ ਜਿਹੜਾ ਉਹੀ ਗੱਲ ਆ ਗਈ ਵਾਹਿਗੁਰੂ ਜੀ ਕਿ ਆਪਾਂ ਕਈ ਵਾਰੀ ਭੈਣ ਭਰਾਵਾਂ ਦਾ ਨਾ ਇਹ ਕੁਸ਼ਚਨ ਹੁੰਦਾ ਕਿ ਮਹਾਰਾਜ ਜਦੋਂ ਹੁਕਮ ਕਰਨਗੇ ਉਦੋਂ ਆਪਾਂ ਸਜਾਂਗੇ ਇਸ ਗੱਲ ਦਾ ਹੁਕਮ ਤਾਂ ਮਹਾਰਾਜ ਨੇ ਦਿੱਤਾ ਹੋਇਆ ਬਸ ਉਹ ਕਹਿੰਦੇ ਵੀ ਬੱਚਾ ਇੱਕ ਵਾਰੀ ਚੱਲੇ ਬਾਕੀ ਸਾਰਾ ਮਹਾਰਾਜ ਨੇ ਕਰਾਉਣਾ ਜੀ ਅਤੇ ਕਿਰਪਾ ਬਹੁਤ ਕਰਦੇ ਮਹਾਰਾਜ ਜੀ ਕਿੱਦਾਂ ਮਿਲੇ ਸੀ ਤੁਸੀਂ ਆਪਸ ਦੇ ਵਿੱਚ ਕਿਉਂਕਿ ਤੁਸੀਂ ਹਰਿਆਣੇ ਤੋਂ ਇਹ ਇੱਥੇ ਜੰਮੇ ਪਲੇ ਔਰ ਇੱਕ ਸਿੱਖ ਪਰਿਵਾਰ ਇੱਕ ਹਿੰਦੂ ਪਰਿਵਾਰ ਦੇ ਨਾਲ ਜੁੜਦਾ ਇੰਟਰਕਾਸਟ ਮੈਰਿਜਸ ਅੱਜ ਬਹੁਤ ਕਾਮਨ ਹੋ ਚੁੱਕੀਆਂ ਪਰ
ਉਹ ਬਦਲਾਵ ਆਇਆ ਸ਼ਾਇਦ ਗੁਰੂ ਮਹਾਰਾਜ ਨੇ ਇਹ ਸੇਵਾ ਤੁਹਾਡੇ ਹੱਥੋਂ ਲਿਖੀ ਹੋਈ ਸੀ ਕਿ ਤੁਹਾਡੇ ਤੋਂ ਲੈਣੀ ਹੈ ਸੇਵਾ ਕਿਵੇਂ ਮਿਲੇ ਸੀ ਵਾਹਿਗੁਰੂ ਜੀ ਦੱਸੇ ਜੀ ਇਹ ਆਨਸਰ ਮੈਂ ਦੇ ਦੇਣਾ ਜੀ ਵਾਹਿਗੁਰੂ ਜੀ ਇੱਦਾਂ ਹੋਇਆ ਸੀਗਾ ਕਿ ਆਪਾਂ ਬਿਲਕੁਲ ਨਹੀਂ ਜਾਣਦੇ ਸੀ ਇੱਕ ਦੂਜੇ ਨੂੰ ਇੱਕ ਹੁੰਦਾ ਨਾ ਵੀ ਆਪਾਂ ਛੋਟੇ ਹੁੰਦਿਆਂ ਤੋਂ ਕੋਈ ਫੈਮਿਲੀ ਫਰੈਂਡ ਸੀ ਬਿਲਕੁਲ ਨਹੀਂ ਸੀ ਇਹੀ ਗੱਲ ਜਿਹੜੀ ਤੁਸੀਂ ਕੁਐਸਚਨ 'ਚ ਕਹੀ ਵੀ ਇਹ ਮਹਾਰਾਜ ਦਾ ਹੁਕਮ ਹੋਣਾ ਸੀ ਸਾਡੀ ਸੇਵਾ ਉਹਨਾਂ ਨੇ ਲਿਖੀ ਸੀ ਇਹ ਆਪਾਂ ਅੱਜ ਬੈਠ ਕੇ ਸਮਝ ਪਾਉਂਦੇ ਹਾਂ ਕਿ ਬਿਲਕੁਲ ਇਹੀ ਗੱਲ ਹੈ ਜਦੋਂ ਆਪਾਂ ਫਸਟ ਟਾਈਮ ਮਿਲੇ ਸੀਗੇ ਤਾਂ ਜਿਵੇਂ ਕਹਿ ਲਓ ਵੀ ਕੋਈ ਗੈਟ ਟੂਗੈਦਰ ਸੀਗਾ ਸਾਰੇ ਉੱਥੇ ਇਕੱਠੇ ਹੋਏ ਸੀ ਫੈਮਿਲੀ ਫਰੈਂਡਸ ਹੈ ਨਾ ਅਤੇ ਮੈਂ ਇਹਨਾਂ ਨੂੰ ਅੱਗੇ ਤਾਂ ਕਦੇ ਨਹੀਂ ਦੇਖਿਆ ਸੀ ਨਾ ਇਹਨਾਂ ਨੇ ਮੈਨੂੰ ਦੇਖਿਆ ਸੀ ਤਾਂ ਫਸਟ ਟਾਈਮ ਆਪਾਂ ਮਿਲੇ ਤਾਂ ਉੱਥੇ ਗੱਲ ਹੀ ਉਸ ਅਕਾਲ ਪੁਰਖ ਦੀ ਹੀ ਹੋ ਰਹੀ ਸੀ ਤਾਂ ਉੱਥੇ ਹੀ ਇੱਦਾਂ ਕੋਈ ਗੱਲ ਛਿੜੀ ਅਤੇ ਸਾਨੂੰ ਚੰਗਾ ਲੱਗਿਆ ਕਿ ਐਸੇ ਟੋਪਿਕ 'ਤੇ ਸਾਰੇ ਗੱਲ ਕਰ ਰਹੇ ਸੀ ਤਾਂ ਅੰਦਰੋਂ ਖਿੱਚ ਹੁੰਦੀ ਹੈ ਉਦੋਂ ਆਪਾਂ ਨੂੰ ਨਾ ਬਸ ਕਨਫਰਮੇਸ਼ਨ ਨਹੀਂ ਹੁੰਦੀ ਕਿ ਇਹ ਅੰਦਰੋਂ ਆਪਾਂ ਸੱਚੀ ਹਾਂ ਜਾਂ ਨਹੀਂ ਕਿਉਂਕਿ ਆਪਾਂ ਐਸੀ ਜ਼ਿੰਦਗੀ ਜੀ ਰਹੇ ਹੁੰਦੇ ਹਾਂ ਜਿਹਦੇ 'ਚ ਆਪਾਂ ਨੂੰ ਕਈ ਵਾਰੀ ਨਾ ਮਹਾਰਾਜ ਵਾਲੇ ਰਾਹ 'ਤੇ ਚੱਲਣ ਲੱਗਿਆਂ ਕਈ ਵਾਰੀ ਰੋਕਣ ਵਾਲੇ ਜਾਂ ਕਹਿਣ ਵਾਲੇ ਵੀ ਬਹੁਤ ਹੁੰਦੇ ਤਾਂ ਸ਼ਰਮ ਹੀ ਬਹੁਤ ਮਾਰ ਜਾਂਦੀ ਅੱਜ ਦੇ ਸਮੇਂ ਵੀ ਤੂੰ ਬਾਬਾ ਬਣ ਗਿਆ ਕਈ ਇੱਦਾਂ ਵੀ ਕਹਿ ਦਿੰਦੇ ਆ ਅਤੇ ਉਹ ਕਹਿ ਲਓ ਅੰਦਰੋਂ ਹੀ ਜਿਵੇਂ ਘੁੱਟੀ ਹੁੰਦੀ ਹੈ ਚੀਜ਼ ਪਰ ਜਦੋਂ ਮਹਾਰਾਜ ਨੇ ਕਿਰਪਾ ਕੀਤੀ ਆਪਾਂ ਮਿਲੇ ਤਾਂ ਦੇਖੋ ਜਦੋਂ ਇਹਨਾਂ ਨੇ ਕਿਹਾ ਕਿ ਮੈਂ ਤੁਹਾਡੇ ਨਾਲ ਵਿਆਹ ਤਾਂ ਕਰਾ ਲਿਆ ਹੈ ਪਰ ਜਿਹੜਾ ਆਪਾਂ ਇਤਿਹਾਸ ਪੜ੍ਹ ਰਹੇ ਹਾਂ ਇਹ ਬਿਲਕੁਲ ਉਲਟ ਆਪਾਂ ਚੱਲ ਰਹੇ ਹਾਂ ਜਾਂ ਤਾਂ ਆਪਾਂ ਇਸ ਰਾਹ 'ਤੇ ਚੱਲੀਏ ਨਹੀਂ ਤਾਂ ਆਪਾਂ ਇਤਿਹਾਸ ਨੂੰ ਨਾ ਪੜ੍ਹੀਏ ਕਿਉਂਕਿ ਮੇਰੇ ਤੋਂ ਨਹੀਂ ਪੜ੍ਹਿਆ ਜਾਏਗਾ ਇਹ ਇਹਨਾਂ ਦਾ ਕਹਿਣਾ ਸੀ ਅਤੇ ਮੈਂ ਕਿਹਾ ਸਤ ਬਚਨ ਵਾਹਿਗੁਰੂ ਜੀ ਅੱਜ ਤੋਂ ਬਾਅਦ ਮੈਂ ਕੇਸ਼ਾਂ ਨੂੰ ਕਤਲ ਨਹੀਂ ਕਰੂੰਗਾ ਪਹਿਲਾਂ ਮੈਂ ਇਹਨਾਂ ਨੂੰ ਇਹ ਕਹਿਤਾ ਪਰ ਆਪਾਂ ਅੰਮ੍ਰਿਤ ਛੱਕ ਲਾਂਗੇ ਬਾਣਾ ਪਾਲਾਂਗੇ ਇਹ ਸਾਰੀ ਖੇਡ ਮਹਾਰਾਜ ਨੇ ਅੱਗੇ ਆਪਣੇ ਆਪ ਰਚਾਤੀ ਕਹਿੰਦੇ ਇਹ ਜਦੋਂ ਆਪਾਂ ਕੇਸ਼ਾਂ ਦੀ ਬੇਦਬੀ ਕਰ ਰਹੇ ਹੁੰਦੇ ਹਾਂ ਤਾਂ ਦੇਖੋ ਦੁੱਖ ਤਕਲੀਫ ਤਾਂ ਵੈਸੇ ਵੀ ਆਉਣੇ ਹੀ ਨੇ ਪਰ ਉਦੋਂ ਨਾ ਆਪਾਂ ਨੂੰ ਰਾਹ ਨਹੀਂ ਕੋਈ ਮਿਲਦਾ ਜਦੋਂ ਆਪਾਂ ਮਹਾਰਾਜ ਦੀ ਹੁਕਮ 'ਚ ਚੱਲਾਂਗੇ ਤਾਂ ਮਹਾਰਾਜ ਸਾਨੂੰ ਅੱਗੇ ਰਾਹ ਵੀ ਦਿਖਾਉਣਗੇ ਵੀ ਇਸ ਦੁੱਖ ਤਕਲੀਫ 'ਚੋਂ ਤੂੰ ਲੰਘਣਾ ਕੀਤਾ ਤਾਂ ਮਹਾਰਾਜ ਨੇ ਸਾਨੂੰ ਬਹੁਤ ਸੋਹਣਾ ਕੱਢਿਆ ਆਪਣੇ ਚਰਨੀ ਲਾਇਆ ਅਤੇ ਹਜ਼ੂਰ ਸਾਹਿਬ ਦੇ ਵਿੱਚ ਬੁਲਾ ਕੇ ਅੰਮ੍ਰਿਤ ਛਕਾਇਆ ਜਦਕਿ ਆਪਾਂ ਉੱਥੇ ਕਦੀ ਨਹੀਂ ਗਏ ਸੀ ਇੱਕ ਸੁਪਨਾ ਹੀ ਸੀ ਕਿਉਂਕਿ ਨੇੜੇ ਤੇੜੇ ਦੇ ਗੁਰੂ ਘਰਾਂ 'ਚ ਆਪਾਂ ਛੋਟੇ ਹੁੰਦਿਆਂ ਤੋਂ ਜਾ ਰਹੇ ਹਾਂ ਹਜ਼ੂਰ ਸਾਹਿਬ ਬਾਰੇ ਹਮੇਸ਼ਾ ਸੁਣਿਆ ਹੀ ਸੀ ਪਰ ਜਦੋਂ ਮਹਾਰਾਜ ਨੇ ਕਿਰਪਾ ਕਰਕੇ ਸਾਨੂੰ ਆਪਣੇ ਘਰ ਬੁਲਾ ਕੇ ਉੱਥੇ ਅੰਮ੍ਰਿਤ ਛਕਾਇਆ ਤਾਂ ਸਾਨੂੰ ਪਤਾ ਲੱਗਿਆ ਮਹਾਰਾਜ ਬਹੁਤ ਪ੍ਰੇਮ ਕਰਦੇ ਆ ਅਤੇ ਇਹ ਮੈਂ ਜ਼ਰੂਰ ਕਹੂੰਗਾ ਇਹਨਾਂ ਨੇ ਇਸ ਗੱਲ ਦੀ ਕੈਂਚ ਸ਼ੁਰੂਆਤ ਕੀਤੀ ਸੀ ਇਹ ਦਾਤ ਜਿਹੜੀ ਹਜ਼ੂਰ ਸਾਹਿਬ ਤੋਂ ਤੁਹਾਨੂੰ ਮਿਲੀ ਜੀ ਵਾਹਿਗੁਰੂ ਜੀ ਮਹਾਕਾਲ ਖਾਲਸਾ ਜੀ ਅਤੇ ਸਤਬੀਰ ਕੌਰ ਖਾਲਸਾ ਤਾਂ ਮੈਮ ਇੱਕ ਮੇਰਾ ਸਵਾਲ ਸੀਗਾ ਵੀ ਤੁਸੀਂ ਹੁਣ ਜਿਵੇਂ ਹਿੰਦੂ ਪਰਿਵਾਰ ਤੋਂ ਤੁਸੀਂ ਜਦੋਂ ਇਹ ਬਾਣੇ ਦੇ ਵਿੱਚ ਆਏ ਪਰਿਵਾਰ 'ਚ ਕਿੱਦਾਂ ਦਾ ਮਾਹੌਲ ਸੀ ਕਿਉਂਕਿ ਇਹ ਤਾਂ ਪਹਿਲਾਂ ਹੀ ਸਿੱਖ ਪਰਿਵਾਰ 'ਚੋਂ ਸੀ ਉਹਨਾਂ ਨੂੰ ਤਾਂ ਖੁਸ਼ੀ ਬਹੁਤ ਹੋਈ ਹੋਣੀ ਕਿ ਹੁਣ ਬਾਣਾ ਵੀ ਬਣ ਕੇ ਪੈ ਗਿਆ ਅਤੇ ਇੱਕ ਰਾਹ ਦੇ ਉੱਤੇ ਤੁਰ ਗਏ ਜੋ ਅਸਲ ਦੇ ਵਿੱਚ ਜ਼ਿੰਦਗੀ 'ਚ ਹੋਣਾ ਚਾਹੀਦਾ ਤੁਹਾਡੇ ਪਰਿਵਾਰ 'ਚ ਕਿਸ ਤਰੀਕੇ ਦਾ ਮਾਹੌਲ ਸੀ ਸਭ ਖੁਸ਼ ਤੇ ਵਾਹਿਗੁਰੂ ਜੀ ਅੱਜ ਵੀ ਬਹੁਤ ਖੁਸ਼ ਹੈ ਜੋ ਮੇਰੀ ਮਾਤਾ ਸ਼੍ਰੀ ਹੈ ਉਹ ਵੀ ਖਾਲਸਾ ਸੱਚ ਕੇ ਹੈ ਹਾਂਜੀ ਜੋ ਮੇਰਾ ਬ੍ਰਦਰ ਹੈ ਛੋਟਾ ਉਹ ਵੀ ਤਿਆਰੀ ਕਰ ਰਿਹਾ ਵਾਹਿਗੁਰੂ ਜੀ ਤੇ ਫਿਰ ਇਹ ਸਿੰਘਣੀ ਨੇ ਮੈਨੂੰ ਲੱਗਦਾ ਇੱਕ ਦੀ ਜ਼ਿੰਦਗੀ 'ਚ ਬਦਲਾਵ ਨਹੀਂ ਲਿਆ ਇਹ ਬਹੁਤ ਸਾਰੀ ਨਹੀਂ ਵਾਹਿਗੁਰੂ ਜੀ ਇਸ ਕੁੱਕਰ ਦੇ ਬਸ ਕੁਛ ਵੀ ਨਹੀਂ ਹੈਗਾ ਇਹ ਸਭ ਕਰਨ ਕਰਾਉਣ ਵਾਲੇ ਇੱਕ ਹੀ ਹੈਗਾ ਉਹ ਅਕਾਲ ਪੁਰਖ ਜੀ ਹੈ ਵਾਹਿਗੁਰੂ ਜੀ ਪਿਤਾ ਜੀ ਹੀ ਹੈ ਬਾਕੀ ਇਹ ਸਾਡੇ ਵਾਸਤੇ ਕੁਛ ਵੀ ਨਹੀਂ ਹੈ ਵਾਹਿਗੁਰੂ ਜੀ ਚਲੋ ਅਗਰ ਆਪਾਂ ਦੁਨਿਆਵੀ ਤੌਰ 'ਤੇ ਕਹੀਏ ਤਾਂ ਹਾਂਜੀ ਇਹਨਾਂ ਦੀ ਮਹਾਰਾਜ ਨੇ ਸੇਵਾ ਲਿਖ ਕੇ ਭੇਜੀ ਹੋਈ ਸੀ ਇਹਨਾਂ ਨੇ ਕਹਿੰਦੇ ਨਾ ਮੇਰੇ ਹੁਣ ਜਿਵੇਂ ਫਾਦਰ ਨੇ ਹੁਣ ਮੈਂ ਸਿੱਖ ਪਰਿਵਾਰ ਤੋਂ ਤਾਂ ਉਹ ਮੈਨੂੰ ਛੋਟੇ ਹੁੰਦਿਆਂ ਤੋਂ ਜਦੋਂ ਦੀ ਮੈਂ ਕਟਿੰਗ ਕਰਾਈ ਹੈ ਕਹਿੰਦੇ ਸੀ ਕਿ ਬੇਟਾ ਵਾਲ ਰੱਖ ਲੈ ਇਹ ਗਲਤ ਗੱਲ ਹੈ ਅਤੇ ਨਾਰਾਜ਼ਗੀ ਉਹਨਾਂ ਦੇ ਅੰਦਰ ਹਮੇਸ਼ਾ ਰਹੀ ਪਰ ਤੁਸੀਂ ਦੇਖੋ ਜਦੋਂ ਤੱਕ ਨਹੀਂ ਮੇਰੇ ਇੱਥੇ ਸੱਟ ਵੱਜਣੀ ਸੀ ਤਾਂ ਉਹ ਨਹੀਂ ਹੋਣਾ ਸੀ ਕਿਉਂਕਿ ਪਿਓ ਤੁਹਾਨੂੰ ਪਿਆਰ ਨਾਲ ਹੀ ਕਹਿ ਦਿੰਦਾ ਠੀਕ ਹੈ ਉਹ ਜਿਹੜੀ ਸੱਟ ਸੀ ਐਜ਼ ਏ ਪਾਰਟਨਰ ਇਹਨਾਂ ਦੀ ਗੱਲ ਮੈਨੂੰ ਲੱਗ ਗਈ ਕਿ ਇਹ ਗੱਲ ਕਹਿ ਰਹੇ ਇਹਨਾਂ ਨੂੰ ਮਤਲਬ ਇਤਿਹਾਸ ਨਾਲ ਇੰਨਾ ਪ੍ਰੇਮ ਗੁਰੂ ਸਾਹਿਬ ਨਾਲ ਹੋ ਗਿਆ ਅਤੇ ਮੈਨੂੰ ਕਿਉਂ ਨਹੀਂ ਹੋਇਆ ਇਹ ਵੀ ਇੱਕ ਗੱਲ ਹੈ ਨਾ ਵਾਹਿਗੁਰੂ ਜੀ ਅਤੇ ਕਹਿ ਲਓ ਵੀ ਜਿਹੜੀ ਜਗ੍ਹਾ ਆਪਾਂ ਰਹਿੰਦੇ ਆਪਾਂ ਉਹਨੂੰ ਕਈ ਵਾਰੀ ਨਾ ਨੋਰਮਲੀ ਲੈਣ ਲੱਗ ਜਾਂਦੇ ਹਾਂ ਵੀ ਇਤਿਹਾਸ ਆਪਾਂ ਛੋਟੇ ਹੁੰਦੇ ਤੋਂ ਸੁਣਦੇ ਆ ਰਹੇ ਨਾ ਤਾਂ ਆਪਾਂ ਨੋਰਮਲੀ ਲੈਂਦੇ ਹਾਂ ਪਰ ਨਹੀਂ ਇਹ ਇਤਿਹਾਸ ਐਵੇਂ ਦਾ ਹੀ ਨਹੀਂ ਹੈ ਨੋਰਮਲੀ ਇਹ ਬਹੁਤ ਵੱਡਾ ਅਤੇ ਸਭ ਤੋਂ ਦੁਨੀਆ ਦਾ ਅਲੱਗ ਇਤਿਹਾਸ ਹੈ ਅਤੇ ਅੱਜ ਉਹ ਆਪਾਂ ਦਿਲ 'ਚ ਜਦੋਂ ਵਸਾ ਕੇ ਚੱਲ ਰਹੇ ਹਾਂ ਤਾਂ ਬਹੁਤ ਮਹਾਰਾਜ ਕਿਰਪਾ ਕਰ ਰਹੇ ਹੈ ਕਿ ਬਸ ਸਾਡੇ ਕੋਲ ਲਫ਼ਜ਼ ਖਤਮ ਹੋ ਜਾਂਦੇ ਆ ਕਈ ਵਾਰੀ ਵਾਹਿਗੁਰੂ ਜੀ ਤੇ ਮਾਤਾ ਜੀ ਨੇ ਵੀ ਹੁਣ ਤਿਆਰ ਕਰ ਚੁੱਕੇ ਹੋਏ ਬਾਣਾ ਹਾਂਜੀ ਬਾਣਾ ਹੀ ਪਾਤੇ ਵਾਹਿਗੁਰੂ ਜੀ ਹਾਂਜੀ ਤਾਂ ਬਹੁਤ ਵਧੀਆ ਲੱਗਿਆ ਚੀਜ਼ ਵੀ ਸੁਣ ਕੇ ਕਿਉਂਕਿ ਗੱਲ ਸਿਰਫ ਇਹ ਨਹੀਂ ਹੈ ਕਿ ਇਹਨਾਂ ਨੇ ਆਪਣੇ ਆਪ ਦੇ ਵਿੱਚ ਬਦਲਾਵ ਲਿਆਇਆ ਪਰਿਵਾਰ ਦੇ ਵਿੱਚ ਵੀ ਆਇਆ ਕਿਉਂਕਿ ਵੱਡੇ ਹਮੇਸ਼ਾ ਸਾਨੂੰ ਇਤਿਹਾਸ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਨੇ ਕਿ ਤੁਸੀਂ ਆਪਣੇ ਇਤਿਹਾਸ ਦੇ ਨਾਲ ਜੋੜੋ ਤੁਸੀਂ ਛੋਟੇ ਹੁੰਦੇ ਕਹਾਣੀਆਂ ਸੁਣਦੇ ਸੀਗੇ ਤਾਂ ਤੁਸੀਂ ਕਦੀ ਸੁਣਿਆ ਸੀ ਸਿੱਖ ਧਰਮ ਦੀ ਕੋਈ ਕਹਾਣੀ ਜਾਂ ਜਿਵੇਂ ਗੁਰੂ ਸਾਹਿਬ ਦੀ ਸ਼ਹਾਦਤਾਂ ਤੁਸੀਂ ਦੱਸਿਆ ਵੀ ਗੁਰੂ ਤੇਗ ਬਹਾਦਰ ਵਾਹਿਗੁਰੂ ਜੀ ਮੇਰੀ ਮੈਂ ਜਬ ਛੋਟੀ ਸੀ ਮੰਮਾ ਮੁਝੇ ਸੋਨੇ ਸੇ ਪਹਿਲੇ ਜ਼ਰੂਰ ਇਹ ਬਾਤ ਬਤਾਤੇ ਥੇ ਕਿ ਸਿੱਖ ਇੱਕ ਐਸਾ ਧਰਮ ਹੈ ਜਹਾਂ ਆਪ ਅਗਰ ਜੈਸੇ ਗੁਰਦੁਆਰੇ ਕਾ ਜੈਸੇ ਪਿਤਾ ਜੀ ਮਤਲਬ ਮਾਤਾ ਜੀ ਬਤਾਤੇ ਥੇ ਤੋ ਇਹ ਬਤਾਤੇ ਥੇ ਕਿ ਕੋਈ ਵੀ ਭੁੱਖਾ ਨਹੀਂ ਰਹਿ ਸਕਤਾ ਮੈਂ ਕਹਿਤੀ ਥੀ ਹੈ ਮੰਮਾ ਮੈਂ ਛੋਟੀ
सब एक है सब जब हाँ वाहेगुरु जब मैं छोटी थी जब मैंने तब मैंने ये चीज़ें देखी तो ये ज़रूर है कि हाँ उस टाइम पे मुझे बहुत ये हुआ कि ये मैंने आज तक कभी कहीं नहीं देखा कि अंदर से नफरत मिटा देनी सब गल कहना चाहूँगा बहुत मतलब वधिया गल है याद आ गई एक ना हिंदू वीर जी सीगे उन्होंने इन्हों मैसेज किया भी वाहगुरु जी कि ये कुछ माड़ा सी जेड़ा तुसी इस धर्म च चले गए ये भी किसी का क्वेश्चन हो सकता है मेरे मन च भी सीगा कि एहो जा मतलब कुछ क्योंकि असी भी असी ये नहीं किसी सिख धर्म नु आ पता धर्म दा सारे एक बराबर है हर धर्म की अपनी खूबसूरती है देखो वाहगुरु जी जदों मैं स्टडी की है तो मेरे ज्यादा फ्रेंड्स हिंदू परिवारों तो ही रहे है ना तो आप कभी यह गल ना उन्होंने सोची ना आप सोची कोई फर्क नहीं है ईवन कि उन्होंने घर अगर जिमें कह लो कोई कहें धार्मिक समागम हों तो आप जरूर हाजरी भरते तो साढ़े घर पाठ हों अखंड पाठ रखे होंगे सी तो वह भी जरूर आते मतलब एक प्रेम नाल ही सब कुछ चल रहा तो महाराज ने सिखाया भी यही है जे साडे मन च प्रेम नहीं है या मन च 1% भी किसी लिए नफरत है तो महाराज नूं मिलना नामुमकिन है ठीक है क्यों नहीं प्रभ पायो तो वाहिगुरु जी होया कि तुसीं ये देखो उन्हां दा मैसेज आया तो आप समाइल की पहला भी ठीक है उन्होंने मन च आया आप जरूर इन्हां नाल विचार सांझे करांगे आपां उन्होंने एक गल पुछी कि वाहिगुरु जी ना वो धर्म माड़ा ना यह धर्म माड़ा ठीक है यह अपन भी पता बट गल की है कि हो सकता है कि किसी नूं रब ने किहड़े पासों चक के अपने कोल बुलाने किद्दां बुलाने ये वह जानते हैं हुण मैं क्या इन्हां दे अंदर प्रेम जाके इन्होंने अमृत छकिया कि यह बाणी च ने ता तुहानूं मतलब किद्दां लग रहा वो कहिंदे मैनूं तुहानूं देख दोनों नूं देख के इंज हो रहा कि मैं भी अमृत छकना है मैं यह पुछ रहा वा तुहानूं कि डिफरेंस ही कोई या आपा कि नहीं डिफरेंस कोई नहीं है इदा आपा किसी नूं कंपैरिजन नहीं कर सकदे आस्था सब दी इक बराबर तां अगो वीर जी ने इन्हां नूं इह गल कही कहिंदे कि हाँ जी गुरु तेग बहादुर जी का जिहड़ा साडे सिर ते करजा है ना ठीक है अगर आपां अमृत छक लांगे इन्हां ने यह गल शुरू की तो उन्होंने अगों यह गल कहती कहिंदे कि गुरु तेग बहादुर जी का आपां करजा ला तां नहीं सकते बट ठीक है आपां यह तो कर सकते हैं कि आपां उन्हां दे सिंघ सज जाइए बस इदां ही आपां कर सकते हैं भी करजा तो कोई नहीं ला सकता है ना आपा हो जाइए कोई हो जाइए पूरी दुनिया रल के नहीं ला सकती तो उन्होंने कहा ठीक है भी मैं भी इस राह पे चलूँगा तो अज चल रहे हैं वाहिगुरु जी बहुत लोग प्रेरित होंगे हजे मैं लगता है जे साड़ी ऑडियंस भी देख रही है होर बहुत सारे इंटरव्यूज भी तुहाडे होए ने तो मैं लगता एक घर जो एक गल जाएगी तो उन्होंने लगेगा कि एक सिख परिवार तो अजकल नौजवान जिहड़े ने पग बनते ने दस्तार सजाते ने पर बाणा हाँ जी हाँ जी वाहिगुरु जी बाणे की जिहड़ी गल है ना देखो कई वीर सानू ये भी मैसेज करते हैं अमृत उन्होंने बहुत उम्र छोटी तो छकिया हो बड़ी कृपा है गुरबाणी नाल बहुत जुड़े है पर कई बार होंगे ना बाणी तो वो थोड़ा जा कर जाते हैं कि अजकल के कपड़े वैस्टर्न इदा के चल रहे उन्होंने लगता है पा के पता नहीं आप बार विचर सकांगे कि नहीं मैं उन्होंने जरूर एक गल दसना चाहूँगा वाहिगुरु जी साडा एक्सपीरियंस है जिनी इस बाणी लई इज्जत है ना वो किसी लई नहीं है तो इस बाणी नूं जदों आपां पा लैने तो आप रिप्रेजेंट किनू कर रहे हैं अपने गुरु साहिब नूं तो साढ़े अंदर भी एक वो गुरु की फौज तैयार फौज तैयार हुई है तो आप जी महाराज की कृपा नाल ऑल ओवर इंडिया कित ना कि महाराज सानू दर्शन लई संगत दी भेजते हैं तो आप देखिए कि बहुत यदि सत्कार है प्यार है ये पा के तुसी बहुत अच्छा खुद भी फील करते हो सामने वाले दा सिर अपने आप ही नहीं आप ही नहीं हो जाता वाहिगुरु जी उ मैं तुम्हें कहना चाह रहा कि यह कोई भी ना सोचे कि बाणा पा के पता नहीं आप पा सकेंगे कि नहीं पा सकेंगे साढ़े तो यह होएगा कि नहीं होएगा एक बार करके देखो तुम विचर के देखो संगत तुम पता लग जाएगा कि तुम वो कपड़े पाने ही छड़ दोगे वाहिगुरु जी ये इतना कीमती है कि आप इसको पैसों से नहीं खरीद सकते ये इतना कीमती है ये पिताजी चाहे तब भी हो सकता है वाहिगुरु जी हौसला मैंने लगता है अकाल पुरख ने अपने आप ही तुहाडी चोली दे बिल्कुल वाहिगुरु जी यही आप दिन रात उन्हों का शुकराना करते हैं कि महाराज साड़ी जदों सोच कुछ भी नहीं सी ते तुसी इन्ना कुछ जिवें कहिंदे झोली भरती साड़ी आपा शायद उन्होंने को गड्डी पैसे मंगते रह गए पर महाराज ने असली सुख बख्शिया सानू नहीं तो जे महाराज ने साडी किते ओ अरदास सुन के सानू देता हुंदा अज आपा कुछ होर मंगदे होना सी आपा तो रजना नहीं सी इहदे च आपा रज गए वाहिगुरू जी हुण सानू कुछ नहीं चाहिदा और महाराज बस नाम बस पिता जी अपनी बंदगी बख्शे और कुछ भी नहीं चाहिदा वाहिगुरू जी कुछ भी नहीं बहुत बहुत प्रेरणा मिली मैंने तो लगता मैं भी थोड़ी इन्फ्लुएंस हो रही हूँ इस चीज़ के क्योंकि बहुत सारे अपने सिख धर्म के यहो जे वीर भैन ने जेडे कि चाहते हो गए कि असी नेम लईए गुरु का बाणा साढ़े उत्ते आवे पर कई बार इदा होंगे ना कि हिम्मत हार जाते हौसला नहीं मिलता तो इन्हों के उत्ते भी अकाल पुरख की अपार कृपा जी हुई है तो तुम इस वीडियो में इन्ना कुछ शेयर कर दो कि साढ़े सिख धर्म के शायद जिन्हें भी लोग ने जो बाणा रखना चाहते हैं या नेम करना चाहते हैं उन्होंने शायद हौसला इन्हों की वीडियो के राही इन्हों देख के इनका बाणा देख के मिल सके तो इदा की होर वधीरी वीडियोज़ लिए देखते रहो लुधियाना टाइम्स कैमरामैन बलविंदर के नाल मैं प्रवलीन कौर।